ਪੰਜਾਬ ਐਗਜ਼ਾਮ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜੋ ਵੀ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਅੱਜ ਆਪਾਂ ਜੀ ਕੇ ਦੀ ਕਲਾਸ ਲੈ ਕੇ ਆਇਆ ਪਹਿਲਾ ਆਪਾਂ ਤਾਂ ਲੈ ਕੇ ਆਏ ਸੀ ਕਿਉਂਕਿ ਆਪਣਾ 70 ਨੰਬਰ ਦਾ ਟੈਕਨੀਕਲ ਸਬਜੈਕਟ ਸੀਗਾ ਤੇ ਉਹ ਆਪਣੇ ਲਈ ਜਿਆਦਾ ਵੇਟ ਇਜ਼ ਰੱਖਦਾ ਸੀਗਾ ਤੇ ਆਪਾਂ ਇਹਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿਉਂਕਿ 10 ਨੰਬਰ ਦੇ ਦੇ ਵੀ ਨੇ ਸੋ ਆਪਾਂ ਕਲਾਸ ਸ਼ੁਰੂ ਕਰਦੇ ਆਂ अपना पहला क्वेश्चन देखो पंजाब किने जिले हैं आंसर है तेई पेलना बई सी परईव जिला कि बनेगा पंजाब मलेरकोटलांबाबा दनिया सीटा दस तेरह बारह या चौदह तो अपना करैक्ट आंसर है जी तेरह अगे देखो पंजाब दधान सभा दिन सीटा एक सौ चौदह एक सौ पंद्रह एक सौ सो सोलह ज एक सौ सतारा तो यह सही आंसर है एक सौ सतारा ऑप्शन फोर अगे देखो पंजाब राज्यसभा दभा दिन सीटा नौ सत्त अठ या पांच तो यह सही आंसर है सैवन अगे देखो पंजाब राज बिजली बोर्ड के चेयरमैन का नाम है बलदेव सिंह सराँ आर एन गुप्ता अजीत सिंह चटा जस ਪਵਿਚਾ ਭਾਈ ਜਿਹੜੇ ਪੰਜਾਬ ਦੇ ਰਾਜ ਦੇ ਬਿਜਲੀ ਬੋਰਡ ਦੇ ਚੇਅਰਮੈਨ ਨੇ ਉਹ ਬਲਦੇਵ ਸਿੰਘ ਸਰਾਜੀ ਨੇ অপਸ਼ਨ 1 ਇਹ ਥਲੀਗਾਂ ਵਿੱਚੋਂ ਕਿਹੜੀ ਨਦੀ ਅੱਜ ਦੇ ਪੰਜਾਬ ਵਿੱਚੋਂ ਨਹੀਂ ਪਗਦੀ ਤਾਂ ਜਿਹੜੇ ਆਪਣੇ ਪੰਜਾਬ ਚ ਦੀਆਂ ਨਦੀਆਂ ਨੇ ਜਿਹੜੇ ਵਗ ਰਹੀਆਂ ਨੇ ਇਹ ਕਿਹੜੀ ਹੈ ਸਤਲੁਜ ਬਿਆਸ ਤੇ ਇੱਕ ਰਾਵੀ ਤੇ ਜਹਲਮ ਤੇ ਜਨਾਬ ਪਾਕਿਸਤਾਨ ਕੰਨੀ ਨੇ ਆਪਣਾ ਸਹੀ ਅਨਸਰ ਕੀ ਹੈ ਜੇ ਲਮ অপਸ਼ਨ 4 ਪੰਜਾਬ ਦੇ ਵੰਡ ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਕਦੋਂ ਹੋਈ 1946 47 48 ਜਾਂ ਕੋਈ ਨਹੀਂ ਤਾਂ ਜਿਹੜੀ ਪੰਜਾਬ ਦੀ ਵੰਡ ਹੋਈ ਸੀਗੀ 1947 ਚ ਹੋਈ ਸੀ ਆਖੇ ਦੇਖੋ ਪੰਜਾਬ ਦਾ ਸਭ ਤੋਂ ਵੱਧ ਬਸੋਂ ਵਾਲਾ ਸ਼ਹਿਰ ਕਿਹੜਾ ਹੈ ਪਟਿਆਲਾ ਇੱਕ ਸੈਕਿੰਡ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਜਾਂ ਜਲੰਧਰ ਤਾਂ ਸਹੀ ਅਨਸਰ ਹੈ ਲੁਧਿਆਣਾ ਅੱਗੇ ਦੇਖੋ ਇਹ ਲਿਖਿਆ ਵਿੱਚੋਂ ਕਿਹੜੇ ਸ਼ਹਿਰ ਵਿੱਚ ਥਰਮਲ ਪਲਾਂਟ ਹੈ ਰੋਪੜ, ਪਟਿਆਲਾ, ਜਲੰਧਰ ਜਾਂ ਆਨੰਦਪੁਰ ਸਾਹਿਬ ਤੇਰਾ ਸਹੀ ਅਨਸਰ ਹੈ ਜੀ ਰੋਪੜ ਤੇ ਕਿਹੜਾ ਥਰਮਲ ਪਲਾਂਟ ਹੈ ਗੁਰੂ ਗੋਬਿੰਦ ਸਿੰਘ ਤਾਂ ਐਸੀ ਹੀ ਆਪਣੀ ਅੱਜ ਦੀ ਕਲਾਸ ਤੇ ਸੈਸ਼ਨ ਨੂੰ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਥੈਂਕ ਯੂ